ਆਕਾਸ਼ਵਾਣੀ ਜੰਮੂ ਹੈ ਬੱਦਲ ਖਬਰਿੰਚ ਤੁੰਦਾ ਸਵਾਗਤ ਪਹਿਲੇ ਖਾਸ ਖਬਰਾਂ ਕਨੇ ਮੈਂ ਵਿਜੇ ਪਜਾਜ ਭਾਰਤੀ ਚਨਾ ਆਯੋਗ ਨੇ ਜੰਮੂ ਕਸ਼ਮੀਰ ਚਤਰੀਏ ਗੇਡ ਦੇ ਅਸੈਂਬਲੀ ਚੁਨਾਵ ਲਈ ਅਦੀ ਸੂਚਨਾ ਜਾਰੀ ਕਰੀ ਦਿੱਤੀ ਹੈ ਇਸ ਗੇਡ ਲਈ ਨਾਮਾਂਕਨ ਪਰਨੇ ਦੀ ਕੀ ਰੀ ਤਰੀਕ 12 ਸਤੰਬਰ ਹੈ ਤੇ ਮਤਦਾਨ ਪਹਿਲੀ ਅਕਤੂਬਰ ਕੀ ਕਰਵਾਇਆ ਜਾਗ ਪ੍ਰਦੇਸ਼ ਚ ਦੂਏ ਗੇਡ ਦੇ ਅਸੈਂਬਲੀ ਚੁਨਾਵ ਲਈ 310 ਉਮੀਦਵਾਰੇ ਨਾਮਾਂਕਨ ਪਰੇ ਨ ਨਾਮਾਂਕਨ ਪੱਤਰ ਦੀ ਜਾਂਚ ਆਜੋਗ ਤੇ ਉਮੀਦਵਾਰ 9 ਸਤੰਬਰ ਤੱਕ ਆਪਣਾ ਨਾਂ ਵਾਪਸ ਲਈ ਸਕੰਗਨ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਚ ਆਮ ਨਿਗਰਾਨ ਨੇ ਤੇ ਜ਼ਿਲ੍ਹਾ ਚੋਣ ਅਧਿਕਾਰੀਆਂ ਨੇ ਆਪਣੇ ਆਪਣੇ ਸਰਬੰਧਤ ਇਲਾਕਿਆਂ ਚ ਬਣਾਏ ਗਏ ਸਟਰੋਂਗ ਰੂਮਸ ਦਾ ਵਿਆਪਕ ਨਿਰੀਖਣ ਕੀਤਾ ਤੇ ਇੱਕ ਛੋਧ ਚ ਇਹ ਗੱਲ ਸਾਹਮਣੇ ਆਈ ਹੈ ਜੇ ਸਵਚ ਭਾਰਤ ਮਿਸ਼ਨ ਨੇ 2011 ਥਾ 2020 ਵਿਚਕਾਰ ਭਾਰਤ ਚ ਅਰਬਰੇ 60% 70 ਹਜ਼ਾਰ ਨਿਆਣੇ ਦੀ ਮੌਤਾਂ ਨੂੰ ਰੋਕੀ ਦਿੱਤਾ ਹੈ ਖਬਰਿੰਦੀ ਤਫਸੀਲ ਕਰਨੇ ਪੂਨਮ ਡੋਗਰਾ ਪੱਤੂ ਚੁਨਾ ਅਯੋਗ ਨੇ ਜੰਮੂ ਕਸ਼ਮੀਰ ਚ ਔਨ ਦਿ ਅਸੈਂਬਲੀ ਚੁਨਾਏ ਦੇ ਤਰੀਏ ਤੇ ਖੀਰਲੇ ਗੇੜ ਲਈ ਅਦੀ ਸੂਚਨਾ ਜਾਰੀ ਕਰ ਦਿੱਤੀ ਹੈ ਇਹ ਅਦੀ ਸੂਚਨਾ ਕੁੱਪਵਾੜਾ ਬਾਰਾਮੂਲਾ ਬਾਂਦੀਪੂਰਾ ਉਦਮਪੂਰ ਕਠੂਆ ਸੰਬਾ ਤੇ ਜੰਮੂ ਜ਼ਿਲ੍ਹੇ ਦੇ 40 ਅਸੈਂਬਲੀ ਅਲਕ ਲਈ ਜਾਰੀ ਕੀਤੀ ਗਈ ਹੈ ਜਿੱਥੇ ਪਹਿਲੀ ਅਕਤੂਬਰ ਦੀ ਵੋਟ ਪਾਏ ਜਾਣਨ ਅਦੀ ਸੂਚਨਾ ਮੁਜਬ ਇਸ ਗੇੜ ਲਈ ਨਾਮਜ਼ਦਗੀਆਂ ਦਾਖਲ ਕਰਨੇ ਦੀ ਖੀਰੀ ਤਰੀਕ 12 ਸਤੰਬਰ ਹੈ ਜਿਸ ਲਈ ਕਿ ਨਾਮਜ਼ਦਗੀ ਵਾਲੇ ਕਾਗਜ਼ੇ ਪੱਤਰਾਂ ਦੀ ਜਾਂਚ ਅਗਲੇ ਰੋਜ਼ ਯਾਨੀ 13 ਸਤੰਬਰ ਦੀ ਕੀਤੀ ਜਾਗ ਮੇਦਵਾਰ ਜੇਕਰ ਚਾਹਨ ਤਾਂ 17 ਸਤੰਬਰ ਤੱਕ ਆਪਣੀ ਮੇਦਵਾਰੀ ਪਰਤਾਈ ਵੀ ਸਕਦੇ ਨੇ ਜੰਮੂ ਕਸ਼ਮੀਰ ਚ ਪਹਿਲੇ ਗੇੜ ਤਹਿਤ 18 ਸਤੰਬਰ ਦੀ ਜਿਸ ਲਈ ਕਿ ਦੂਏ ਗੇੜ ਤਹਿਤ 25 ਸਤੰਬਰ ਦੀ ਵੋਟ ਪਾਏ ਜਾਣੇ ਨੇ ਪਰਦੇਸ਼ ਚ 10 ਬਰੇ ਦੇ ਬਖਵੇਂ ਪ੍ਰੰਤ ਤੇ 2019 ਚ ਜੰਮੂ ਕਸ਼ਮੀਰ ਥਾ ਮਫਾ 317 ਅਟਾ ਨੇ ਤੇ ਇਸੇ ਦਉਂ ਕੇਂਦਰ ਸ਼ਾਸਿਤ ਪ੍ਰਦੇਸ਼ੇ ਚ ਤਕਸੀਮ ਕਰਨੇ ਪ੍ਰੰਤ ਪਹਿਲੀ ਵਾਰੀ ਅਸੈਂਬਲੀ ਦੇ ਚੁਨਾ ਉਨ ਜਾ ਕਰ ਦੇਨਾ ਜੰਮੂ ਕਸ਼ਮੀਰ ਵਿਧਾਨ ਸਭਾ ਚੋਣ 2024 ਦੇ ਦੂਏ ਗੇਟ ਚ 6 ਜ਼ਿਲ੍ਹੇ ਦੇ 26 ਵਿਧਾਨ ਸਭਾ ਅਲਕੇ ਲਈ 310 ਮਿਹਦਵਾਨੇ ਆਪਣੀਆਂ ਨਾਮਜ਼ਦਗੀਆਂ ਦਾਖਲ ਕਰਾਈਆਂ ਨਾ ਕਲ ਨਾਮੰਕਨ ਪੱਤਰ ਦਾਖਲ ਕਰਨੇ ਦਾਖੀਰੀ ਤੇੜਾ ਹ ਨਾਮੰਕਨ ਪੱਤਰੇ ਦੀ ਜਾਂਚ ਅੱਜ ਸਰਬੰਧਤ ਰਿਟਰਨਿੰਗ ਅਧਿਕਾਰੀਆਂ ਅਸਿਆ ਕੀਤੀ ਜਾਗ ਤੇ ਉਮੀਦਵਾਰ 9 ਸਤੰਬਰ ਦੀ ਦੁਪਹਿਰੀ 3 ਵਜੇ ਤੱਕ ਜੇਕਰ ਚਾਹਣ ਤਾਂ ਆਪਣੇ ਨਾਮੰਕਨ ਪੱਤਰ ਵਾਪਸ ਪਰਤਾਈ ਵੀ ਸਕਦੇ ਨਾ ਦੂਏ ਗੇਟ ਚ 5 ਸਤੰਬਰ ਦੀ 26 ਜਨਾਬੀ ਅਲਕੇ ਚ ਬੜਲੇ 8 ਵਜੇ ਸ਼ਾਮ ਸਯਾ 6 ਵਜੇ ਤੱਕ ਵੋਟ ਪਾਏ ਜਾਣ ਨਾ ਰਜੋਰੀ ਤੇ ਬੁੱਦਲ ਅਸੈਂਬਲੀ ਹਲਕੇ ਲਈ ਪੁਲਸ ਨਿਗਰਾਨ ਡਾਕਟਰ ਵਿਸ਼ਨੂ ਕਾਂਤ ਤੇ ਆਮ ਨਿਗਰਾਨ ਐਸ ਹਰੀਸ਼ ਉਰੇ ਰਜੋਰੀ ਹਲਕੇ ਲਈ ਸਰਕਾਰੀ ਡਿਗਰੀ ਕਾਲਜ ਵਾਲੇ ਸਟਰੋਂਗ ਰੂਮ ਤੇ ਸਰਕਾਰੀ ਆਇਰਸ ਕੈਂਡੀਡੇਟ ਸਕੂਲ ਰਜੋਰੀ ਚ ਵੋਟਾਂ ਦੀ ਗਿਣਤਰੀ ਵਾਲੇ ਹਾਲ ਦਾ ਕੱਲ ਸੰਜਾ ਸਾਂਝੇ ਤੋਰਾ ਪਰ ਨਿਰੀਖਣ ਕੀਤਾ ਉਹਨੇ ਥਾਣਾ ਮੰਡੀ ਅਸੈਂਬਲੀ ਹਲਕੇ ਲਈ ਖੜੇ ਰਿਕੇ ਦੇ ਡੀ ਆਈ ਈ ਟ ਵਾਲੇ ਸਟਰੋਂਗ ਰੂਮ ਦਾ ਵੀ ਦੌਰਾ ਲਾਇਆ ਉਹਦੇ ਇਸ ਦੌਰੇ ਦਾ ਮਕਸਦ ਇਸ ਗੱਲਾਂ ਦੀ ਯਕੀਨੀ ਬਣਾਉਣਾ ਹੈ ਕਿ ਵੋਟਾਂ ਦੀ ਗਿਣਤੀ ਲਈ ਸਭ ਨੇ ਪ੍ਰਬੰਧੇ ਦੀ ਚੋਣ ਆਯੋਗ ਦੇ ਨਿਰਦੇਸ਼ ਮੁਜਬ ਕੇ ਤੋੜ ਚਾੜਿਆ ਜਾ ਨਿਗਰਾਨੇ ਰਜੋਰੀ ਤੇ ਥਾਣਾ ਮੰਡੀ ਆਲੇ ਸਟਰੋਂਗ ਰੂਮ ਚ ਲੌਗ ਬੁੱਕ ਰਜਿਸਟਰੀਆਂ ਦਾ ਵੀ ਨਿਰੀਖਣ ਕੀਤਾ ਇਹਦੇ ਇਲਾਵਾ ਉਹਨੇ ਏਕੜੇ ਪਰਿਸਰਾਂ ਦੀ ਚਾਰ ਦੀਵਾਰੀ ਦਾ ਨਿਰੀਖਣ ਵੀ ਕੀਤਾ ਤੇ ਉੱਥੇ ਉਚਿਤ ਤਾਰਬੰਦੀ ਸੁਰੱਖਿਆ ਤੇ ਲਾਈਟਿੰਗ ਦੇ ਪ੍ਰਬੰਧ ਯਕੀਨੀ ਬਣਾਉਣ ਦੇ ਨਿਰਦੇਸ਼ ਵੀ ਜਾਰੀ ਕੀਤੇ ਖਰਚੇ ਸਰਬੰਧੀ ਨਿਗਰਾਨ ਅਧਿਸ਼ਮ ਅੰਸਾਰੀ ਹੋ ਰਹੇ ਕਲਕਟੂਆ ਜ਼ਿਲ੍ਹੇ ਚ ਚੋਣ ਸਰਬੰਧੀ ਸੁਵਿਧਾਏ ਜੀਆਂ ਸੰਗਠਿਤ ਚੋਣ ਨਿਯੰਤਰਣ ਕਕਸ਼ ਮੀਡੀਆ ਪਰਮਾਨੰਤ ਨਿਗਰਾਨ ਸਮਿਤੀ ਐਮ ਸੀ ਐਮ ਸੀ ਤੇ ਡੀ ایਓ ਦਫਤਰ ਚ ਸਥਾਪਿਤ ਕੀਤੇ ਗਏ ਮੀਡੀਆ ਕੇਂਦਰ ਤੇ ਔਰਦੂਈ ਸੁਵਿਧਾਏ ਦਾ ਜਾਇਜ਼ਾ ਲਾਤਾ ਇਹਦਾ ਉਦੇਸ਼ ਅੰਦੇ ਚੁਣਾਈ ਲਈ ਕੀਤੀ ਚਾਰ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣਾ ਹਾ ਨਿਗਰਾਨ ਹੋ ਰਹੇ ਚੁਣਾ ਸਰਬੰਦੀ ਨੇਮ ਕਾਇਦੇ ਦੀ ਪਾਲਮਾ ਕਰਨੇ ਤੇ ਸੁਵਿਧਾਵਾਂ ਦੇ ਉੱਚ ਮਿਆਰ ਬਣਾਏ ਰੱਖਣੇ ਉੱਪਰ ਜ਼ੋਰ ਪਰਿਆ ਆਮ ਨਿਗਰਾਨ ਮਲਿਕਾ ਜਨੋ ਰਹੇ ਕੱਲ ਪੱਧਰਵਾ ਚੁਣਾਵੀ ਅਲਕੇ ਚ ਚੁਣਾ ਸਰਬੰਦੀ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਇੱਕ ਮੀਟਿੰਗ ਦੀ ਪ੍ਰਧਾਨਤਾ ਕੀਤੀ ਇਸ ਮੌਕੇ ਨਿਗਰਾਨ ਹੋ ਰਹੇ ਸਭ ਨੇ ਮਤਦਾਨ ਕੇਂਦਰਾਂ ਦੀ ਸਟੀਕ ਤੇ ਸੁਲਭ ਸੂਚਨਾ ਦੇ ਕੰਨੋ ਕੰਨੀ ਸਭ ਨੇ ਵਿਭਾਗਾਂ ਦੀ ਸਮੇਂ ਉੱਪਰ ਚੁਣਾ ਸਰਬੰਦੀ ਕੰਮੇ ਦੀ ਪੂਰਾ ਕਰਨ ਲਈ ਗਲਾਇਆ इस मौके मतदान केन्द्र च सुरक्षा सबंधी ले वोटरें दे जाने ते तर दुइय सहूलतें बारे भी तफसीली चर्चा कीती की रामबन दे आम निगरान हितांशु कुमार राय हो कल जिला चुनाव अधिकारी बसीर उल हक चौधरी सने रामबन च बनाए बनाये स्ट्रांग रूम दा निरीक्षण कीता इस मौके चुनाव तैयारियां दा का जायजा लिया गया ਉਸ ਜਗ੍ਹਾ ਦਾ ਵੀ ਦੌਰਾ ਲਾਇਆ ਜਿੱਥੇ ਜਨਾਵੀ ਅਮਲੇ ਦਿੱਸਖਲਾਈ ਦਿੱਤੀ ਜਾਂਦੀ ਹੀ ਨਿਗਰਾਨੋਂ ਰਹਿ ਸਖਲਾਈ ਲੈਰ ਦੇ ਅਮਲੇ ਜਿਹੜੇ ਜੇ ਇਲੈਕਟ੍ਰੋਨਿਕ ਵੋਟਿੰਗ ਮਸ਼ੀਨਾਂ ਤੇ ਵੀ ਵੀ ਪੈਡ ਦੇ ਸੰਚਾਲਨ ਦੀ ਸਖਲਾਈ ਲੈਰ ਦੇਣਾ ਉਹਦੇ ਕਨੇ ਗੱਲਬਾਤ ਵੀ ਕੀਤੀ ਤੇ ਉਹਨੇ ਕੀ ਪਰਿਸ਼ਿਕਸ਼ਨ ਚ ਪੂਰੀ ਚਾਲੀ ਸ਼ਾਮਲ ਹੋਣ ਲਈ ਗਲਾਇਆ ਇਹ ਖਬਰਾਂ ਤੁਸੀਂ ਆਕਾਸ਼ਵਾਨੀ ਜੰਮੂਪਰਾ ਸੁਣਾਦੇ ਹੋ ਬਾਕੀ ਦੀ ਖਬਰਾਂ ਕਰਨੇ ਵਿਜੇ ਬਜਾਜ ਬੜੀ ਮਤੀ ਪ੍ਰਤਿਸ਼ਠਾ ਵਾਲੀ ਅੰਤਰਰਾਸ਼ਟਰੀ ਵਿਗਿਆਨ ਪత్రిక ਨੇਚਰ ਜੀ ਪ੍ਰਕਾਸ਼ਿਤ ਕੀਤਾ ਗਿਆ ਇਹ ਸੋਧ ਇਹ ਦੱਸਦਾ ਹੈ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੰਦੇ ਪਾਸਿਆ ਸ਼ੁਰੂ ਕੀਤੇ ਗਿਦੇ ਸਵੱਛ ਭਾਰਤ ਮਿਸ਼ਨ ਨੇ ਭਾਰਤ ਚ 2011 ਤੇ 2020 ਮਜਟਾ ਅਰ ਬਰੇ 60-70 ਹਜ਼ਾਰ ਨਿਆਣੇ ਤੇ ਗਿੱਲੂਆਂ ਦੀ ਮੌਤਾਂ ਗਿਉ ਨੇਸ਼ਾ ਰੋਕਣੇ ਚ ਬੜੀ ਮਤੀ ਮਦਦ ਕੀਤੀ ਹੈ शोधकर्ताएं 2011 ते 2020 ਵਿਚਕਾਰ 35 ਰਾਜਾਂ ਤੇ 640 ਜ਼ਿਲ੍ਹਿਆਂ ਦੀ ਸ਼ਿਸ਼ੂ ਮ੍ਰਿਤਯੂ ਦਰ ਤੇ ਪੰਜੇ ਬਰੇਸ਼ਾ ਲੋਕੀ ਉਮਰੀ ਦੇ ਬੱਚਿਆਂ ਦੀ ਮ੍ਰਿਤਯੂ ਦਰ ਦੇ ਆਂਕੜੇ ਦਾ ਸ਼ੋਧ ਕੀਤਾ ਹੈ। ਨੇਚਰ ਪత్రికadis ਰਿਪੋਰਟ ਦੀ ਸਾਂਝਾ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀਉ ਨੇ ਆਖਿਆ ਜਿਉ ਸਵਚ ਭਾਰਤ ਅਭਿਆਨ ਚਨੇ ਜਤਨੇ ਦੇ ਪ੍ਰਭਾਵ ਕੀ ਉਜਾਗਰ ਕਰਨੇ ਵਾਲੇ ਇਸ ਸ਼ੋਧ ਦੀ ਦਿੱਖੀ ਹੈ। ਮਤੇ ਖੁਸ਼ਨ ਮੋਦੀ ਯੂਰੀ ਆਖਿਆ ਜੇ ਲੋਕਾਂ ਦੀ ਸ਼ੌਚਾਲਿਆਂ ਤੋਂ ੜੀ ਪੁੱਜ ਨਿਆਣੇ ਤੇ ਗਿੱਲੂਆਂ ਦੀ ਮ੍ਰਿਤਿਉ ਦਰਗੀ ਘਟ ਕਰਨੇ ਚ ਮਤੀ ਮਹਿਤਵ ਵਾਲੀ ਭੂਮਿਕਾ ਨਿਭਾਉਂਦੀ ਹੈ ਸ਼ਹਿਰਿੰਗ ਕੀ ਖੁੱਲੇ ਚ ਸ਼ੌਚਾ ਮੁਕਤ ਬਣਾਉਣੇ ਲਈ ਬਰੇ 2014 ਚ ਸਵੱਛ ਭਾਰਤ ਅਭਿਆਨ ਸ਼ੁਰੂ ਕੀਤਾ ਗਿਆ ਹੈ ਸਰਕਾਰ ਨੇ 2024 ਪੰਜੀ ਲਈ ਨੈਸ਼ਨਲ ਮੀਨਸ ਕਮ ਮੈਰਿਟ ਸਕਾਲਰਸ਼ਿਪ ਯਾਨੀ ਵਜ਼ੀਫੇ ਸਰਬੰਦੀ ਸਕੀਮ ਲਈ ਚੁਣੇਗੇ ਦੇ ਹੁਨਾਰ ਵਿਦਿਆਰਥੀਆਂ ਪਾਸਿਆ ਅਰਜ਼ੀ ਜਮਾ ਕਰਵਾਉਣ ਦੀ ਕੀਰੀ ਤਰੀਕ ਇਸਮੀ ਨਹੀਂ ਦੀ تری تری اک تھوڑی بدائی دتی ہے۔ ਕੇਂਦਰੀ ਸਿੱਖਿਆ ਮੰਤਰਾਲੇ ਨੇ ਕਲਾਇਆ ਜੀ ਇਸ ਸਕੀਮ ਤਹਿਤ ਆਰਥਿਕ ਤੌਰ ਐਪਰ ਕਮਜ਼ੋਰ ਤਬਕੇ ਦੇ ਹੁਨਾਰ ਵਿਦਿਆਰਥੀਆਂ ਕੀ ਵਜ਼ੀਫੇ ਦਿੱਤੇ ਜੰਦੇ ਨਾ ਤਾਂ ਜੇ ਉਹ 8ਵੀਂ ਜਮਾਤ ਦੇ ਬਾਅਦ ਵੀ ਆਪਣੀ ਪੜ੍ਹਾਈ ਜਾਰੀ ਰੱਖਣ ਤੇ ਕਟੋ-ਕਟ 12ਵੀਂ ਜਮਾਤ ਤੋੜੀ ਸਿੱਖਿਆ ਹਾਸਲ ਕਰੀ ਸਕਣ। ਅੰਦੀ 14 ਸਤੰਬਰ ਕੀ ਲੁਆਏ ਜਾਣੇ ਵਾਲੀ ਰਾਸ਼ਟਰੀ ਲੋਕ ਅਦਾਲਤ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣੇ ਲਈ ਮੁੱਖ ਨਿਆਧੀਸ਼ ਦਾਸ਼ੀ ਰਾਜਪਤਨ ਨੂੰ ਰੇਂਜ ਜੰਮੂ ਕਸ਼ਮੀਰ ਤੇ ਲੱਦਾਖ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਵਕ ਵਕ ਅਦਾਲਤਾਂ ਤਮਾ ਜੱਜੇ ਕਰਨੇ ਇੱਕ ਮੱਤਪੂਰਨ ਬੈਠਕ ਸੱਦੀ ਇਹਦਾ ਮੁੱਖ ਮਕਸਦ ਤੇਜ਼ੀਆ ਕਰਨੇ ਨਿਆਂ ਉਪਲਬਧ ਕਰਵਾਉਣੇ ਤੇ ਆਪਸੀ ਰਜ਼ਾਮੰਦੀ ਕਰਨੇ ਵਕ ਵਕ ਮਾਮਲੇ ਦੇ ਨਿਬੇੜੇ ਰਾਏ ਨਿਆਂਪਾਲਿਕਾ ਪਰ ਬੋਝ ਘਟ ਕਰਨੇ ਚ ਰਾਸ਼ਟਰੀ ਲੋਕ ਅਦਾਲਤ ਦੇ ਮਤਵਿਆ ਪਰ ਲੋਪਾਣਾ ਮੁੱਖ ਨਿਆਧੀਸ਼ਵਰ ਨੇ ਜੱਜਾਂ ਦੀ ਗੁਜ਼ਾਰਿਸ਼ ਕੀਤੀ ਜਿਉ ਬਕ ਬਕ ਅਦਾਲਤਾਂ ਚ ਬਕਾਇਆ ਪਏ ਦੇ ਮਤੇਸ਼ਾ ਮਤੇ ਮਾਮਲੇ ਦੀ ਸੁਣਵਾਈ ਤੇ ਦੋਨੋਂ ਪੱਖੇ ਦੀ ਸਹਿਮਤੀ ਕੰਨੇ ਨਬੀੜਾ ਵੀ ਯਕੀਨੀ ਬਣਾਣ ਮੁੱਖ ਨਿਆਧੀਸ਼ਵਰ ਨੇ ਸਭਨੇ ਕੀ ਨਿਆ ਉਪਲਬਧ ਕਰਵਾਉਣੇ ਚ ਰਾਸ਼ਟਰੀ ਲੋਕ ਅਦਾਲਤ ਜਨੇ ਅਹਿਮ ਮੰਚੇ ਦੇ ਮਤਵ ਤੇ ਜ਼ਰੂਰ ਤਹਿ ਪਰ ਟਕੋਦਾ ਜ਼ੋਰ ਦਿੱਤਾ ਭਾਰਤੀ ਜਨਤਾ ਪਾਰਟੀ ਨੇ ਜੰਮੂ ਕਸ਼ਮੀਰ ਚ ਅਸੈਂਬਲੀ ਚੁਣਾਈਂ ਦੇ ਦੂਏ ਗੇੜ ਲਈ 40 ਸਟਾਰ ਪ੍ਰਚਾਰਕ ਦੇ ਨਾਂ ਵਾਲੀ ਸੂਚੀ ਜਾਰੀ ਕੀਤੀ ਹੈ ਇੰਦਰ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾ ਰੱਖਿਆ ਮੰਤਰੀ ਰਾਜਨਾਥ ਸਿੰਘ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਮੁਖ ਤੌਰ 'ਤੇ ਹਾਜ਼ਰ ਸ਼ਾਮਲ ਨਾ ਪ੍ਰਦੇਸ਼ ਚ ਦੂਏ ਗੇੜ ਦੇ ਅਸੈਂਬਲੀ ਚੁਨਾਵ ਇਸ ਮਹੀਨੇ ਦੀ 25 ਤਰੀਕ ਨੂੰ ਨੇ ਨਾ ਜੰਮੂ ਸੈਂਭਾਗ ਚ ਕੱਲ ਸਿੱਖਿਸ਼ਕ ਦਿਵਸ ਮਨਾਇਆ ਗਿਆ ਇਸ ਮੌਕੇ ਵਿਦਿਆਰਥੀਆਂ ਦੇ ਪਵਿੱਕ ਗੀ ਆਕਾਰ ਦੇਣੇ ਵਾਲੇ ਸਿੱਖਿਸ਼ਕਾਂ ਦੇ ਅੰਤਖ ਜਤਨੇ ਤੇ ਸਮਰਪਣ ਲਈ ਉਹਨੇ ਕੀ ਸਨਮਾਨਿਤ ਕੀਤਾ ਗਿਆ ਇਸ ਤਿਆੜੇ ਬਕਬਕ ਸਾਂਸਕ੍ਰਿਤਿਕ ਕਾਰਜਕ੍ਰਮ, ਵਾਦ-ਵਿਵਾਦ ਮੁਕਾਬਲੇ ਤੇ ਕਲਾ ਪ੍ਰਦਰਸ਼ਨੀਆਂ ਸਣੇ ਬਕਬਕ ਕਾਰਕਰਮੇ ਦਾ ਆਯੋਜਨ ਹੋਵਾਂ ਜਿੰਦੇਚੇ ਵਿਦਿਆਰਥੀਏ ਬਕਬਕ ਟੰਗਿਆ ਕਰਨੇ ਸਿੱਖਿਸ਼ਕਾਂ ਦੇ ਪ੍ਰਤੀ ਆਪਣਾ ਆਭਾਰ ਪ੍ਰਗਟ ਕੀਤਾ। ਬੜੇ ਸਾਰੇ ਸਕੂਲਾਂ ਚ ਵੱਡੀਆਂ ਜਮਾਤਾਂ ਚ ਪੜ੍ਹਦੇ ਵਿਦਿਆਰਥੀਏ ਕੱਲ ਸਿੱਖਿਸ਼ਕਾਂ ਦੀ ਭੂਮਿਕਾ ਨਿਭਾਈ ਤੇ ਬਕਬਕ ਗਤੀਵਿਧੀਆਂ ਕੀਤੀਆਂ। ਸਿੱਖਿਸ਼ਕ ਦਿਵਸ ਪਰ ਕੱਲ ਬਕਬਕ ਖੇਡੇ ਤੇ ਸਕੂਲਾਂ ਚ ਹੋਰ ਨਵੇਂ ਪ੍ਰੋਗਰਾਮੇ ਦਾ ਬਿਸਰਿਸ਼ਤਾ ਕੀਤਾ ਗਿਆ। ਡਾਇਰੈਕਟਰ ਸਕੂਲ এডੂਕੇਸ਼ਨ ਜੰਮੂ ਅਸ਼ੋਕ ਸ਼ਰਮਾ ਨੇ ਸਭ ਨੇ ਸਿੱਖਿਸ਼ਕਾਂ ਦੀ ਬਧਾਈ ਦਿੱਤੀ ਤੇ ਗਲਾਇਆ ਜਿਸ ਸਿੱਖषक ਹੈ ਪਵਿੱਕਤਾ ਨਰਮਾਤਾ ਹੁੰਦਾ ਹੈ ਤੇ ਖੀਰ ਚ ਮੁੱਖ ਮੁੱਖ ਖਬਰਾਂ ਇੱਕ ਬਰੀ ਪਰਤੀ ਸੁਣ ਲੋ ਭਾਰਤੀ ਚੋਣ ਆਯੋਗ ਨੇ ਜੰਮੂ ਕਸ਼ਮੀਰ ਚ ਤ੍ਰਿਏ ਗੇੜ ਦੇ ਅਸੈਂਬਲੀ ਚੋਣਾਂ ਲਈ ਅਦੀ ਸੂਚਨਾ ਜਾਰੀ ਕਰ ਦਿੱਤੀ ਹੈ ਇਸ ਗੇੜ ਲਈ ਨਾਮਾਂਕਨ ਪਰ ਨਿਧਿ ਖੀਰੀ ਤਰੀਕ 12 ਸਪਟੰਬਰ ਹੈ ਤੇ ਮਤਦਾਨ ਪਹਿਲੀ ਅਕਤੂਬਰ ਦੀ ਕਰਾਇਆ ਜਾਗ ਪਰਦੇਸ਼ ਚ ਦੂਏ ਗੇੜ ਦੇ ਅਸੈਂਬਲੀ ਚੋਣਾਂ ਲਈ 310 ਮੇਦਵਾਰੇ ਨਾਮਾਂਕਨ ਪਰ ਨ ਨਾਮਾਂਗਨ ਪੱਤਰਾਂ ਦੀ ਜਾਂਚ ਆਜੋਗ ਤੇ ਮਿਹਦਵਾਰ 9 ਸਤੰਬਰ ਤੱਕ ਆਪਣੇ ਨਾਂ ਵਾਪਸ ਪਰਤਾਈ ਸਕਦੇ ਨਾ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਚ ਆਮ ਨਿਗਰਾਨੇ ਤੇ ਜ਼ਿਲ੍ਹਾ ਚੋਣ ਅਧਿਕਾਰੀਆਂ ਆਪਣੇ ਆਪਣੇ ਸਬੰਧਤ ਇਲਾਕੇ ਚ ਬਣਾਏ ਗਏ ਦੇ ਸਟਰੋਂਗ ਰੂਮਸ ਦਾ ਵਿਆਪਕ ਨਿਰੀਖਣ ਕੀਤਾ ਤੇ ਇੱਕ ਖੋਜ ਚ ਇਹ ਗੱਲ ਸਾਹਮਣੇ ਆਈ ਹੈ ਜੇ ਸਵੱਛ ਪਾਰਟ ਮਿਸ਼ਨ ਨੇ 2011 ਥਾ ਮਾ 2020 ਪਿਸ਼ਕਾਰ ਪਾਰ ਚ ਅਰਬਰੇ 606700099 ਦੀ ਮੋਦਗੀ ਉਹਨੇ ਜਾ ਰੋਕੇ ਦਿੱਤਾ ಕ್ ೆ isಬದ ಬೆನ ಸ್ಮಾಪ್ತವ.